ऑल इंडिया ग्रामीण डाक सेवक यूनियन पेंडू डाक कर्मचारियों की ओर से सारे देश में 3 लाख कच्चे कर्मचारियों की तरफ से 10 दिन की पोस्ट ऑफिस में धरना दिया जा रहा है। प्रधान मक्खन सूरज ने कहा है कि 7वें वेतन कमीशन की रिपोर्ट 2.5 साल से जारी नहीं की है, साथ में ही इनको 6,000 से 12,000 तक की वेतन दिया जाए। 15 साल से 30 साल तक काम करते हुए हो गए हैं, अभी तक इन्हें पक्का नहीं किया गया है। आप देख सकते हैं प्राइम ब्रेकिंग न्यूज चैनल के लिए राजकुमार नंगल जी की रिपोर्ट फिलौर से। ਅਜਿਹਾ ਧਰਨਾ ਜੋ ਜੀ ਡੀ ਐਸ ਮੁਲਾਜ਼ਮ ਹਿੰਦੁਸਤਾਨ ਦੇ ਵਿੱਚ ਲਗਭਗ ਪੂਰੇ ਭਾਰਤ ਦੇ ਵਿੱਚ 3 ਲੱਖ ਦੇ ਕਰੀਬ 22 ਤਰੀਕ ਤੋਂ ਲਗਾਤਾਰ ਹੜਤਾਲ 'ਤੇ ਬੈਠਾ। ਇਹਨਾਂ ਦੀਆਂ ਲਗਾਤਾਰ ਜਿਹੜੀਆਂ ਮੰਗਾਂ ਦੀ ਮੰਗ ਕੀਤੀ ਜਾ ਰਹੀ ਹੈ, ਜਿੱਦਾਂ ਕਿ 7ਵੇਂ ਪੇ ਕਮਿਸ਼ਨ ਦੀ ਰਿਪੋਰਟ ਸਾਨੂੰ ਬਿਲਕੁਲ ਨਹੀਂ ਦਿੱਤੀ ਜਾਂਦੀ, 2.5 ਸਾਲ ਹੋ ਗਿਆ ਸਾਨੂੰ ਲਾਰਾ ਲਾਉਂਦੇ ਨੇ। ਮਾਰਚ ਵਿੱਚ ਅਸੀਂ ਜਾ ਕੇ ਆਪਣੇ ਮੋਦੀ ਜੀ ਦੀ ਕੋਠੀ ਦਾ ਘਰਾਓ ਵੀ ਕੀਤਾ, ਉਦੋਂ ਸਾਨੂੰ ਉਹਨਾਂ ਲਾਰਾ ਲਾਇਆ ਵੀ 10 ਅਪ੍ਰੈਲ ਤੱਕ ਕਲੀਅਰ ਕੀਤਾ ਜਾਵੇਗਾ। ਸਾਡੇ ਮੁਲਾਜ਼ਮਾਂ ਦੇ ਕੋਲੋਂ ਕੰਮ ਇੰਨਾ ਜ਼ਿਆਦਾ ਟਾਰਗੇਟ ਲਿਆ ਜਾਂਦਾ, 6 ਤੋਂ 12 ਹਜ਼ਾਰ ਰੁਪਏ ਦੇ ਲਗਭਗ ਕੰਮ ਕਰਦੇ ਆ। ਇਹਨਾਂ ਦਾ 3 ਘੰਟੇ ਦਾ ਟਾਰਗੇਟ, 3 ਘੰਟੇ ਦਾ ਟਾਈਮ ਹੈ, 6-6 ਘੰਟੇ ਤੋਂ ਕੰਮ ਲਿਆ ਜਾਂਦਾ ਅਤੇ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ 6 ਤੋਂ 12 ਹਜ਼ਾਰ ਦੇ ਕਰੀਬ, ਅਤੇ ਕੰਮ ਲਿਆ ਜਾਂਦਾ ਆ ਤਕਰੀਬਨ 50 ਹਜ਼ਾਰ ਦੇ 60 ਹਜ਼ਾਰ ਦੇ ਵਰਕਰਾਂ ਦੇ ਬਰਾਬਰ ਦਾ ਕੰਮ।